ਕਿਹੜਾ ਆਉਂਦਾ ਤੁਰਿਆ ਹੈ ਓਏ? ਇਹ ਨਾ ਤਾਂ ਅੰਗਰੇਜ਼ੀ ਲੱਗਦਾ ਨਾ ਇਹ ਕੋਈ ਪੰਜਾਬੀ ਆ, ਹੈ ਬੇੜਾ ਜਾਂ ਕਿਹੜਾ? ਚੱਲ ਆਉਣ ਦੇ ਕਰਦੇ ਕਰਦੇ। ਨਮਸਕਾਰ ਤਾਊ। ਸਤਿ ਸ੍ਰੀ ਅਕਾਲ ਮਲਾ, ਕੈਸੇ ਹੋ? ਠੀਕ ਹੋ ਤਾਊ? ਠੀਕ ਆ ਮਲ, ਠੀਕ ਠਾਕ ਹੋ? ਠੀਕ ਹੋ? ਹਾਂ ਤਾਊ, ਅੱਛਾ ਹੈ, ਠੀਕ ਠਾਕ ਹੈ ਤਾਊ। ਬਹਿ ਜਾ ਮਲ, ਬਹਿ ਜਾ। ਓਏ ਐਂ ਦੱਸ ਮਲ, ਤੂੰ ਕਿੱਧਰ ਫਿਰਦਾ, ਕੌਣ ਆ, ਕੀ ਆ? ਮੇਰੇ ਤਾਂ ਕੋਈ ਸਮਝ ਨਹੀਂ ਆਇਆ ਵੀ ਤੂੰ ਹੈ ਕੀ ਚੀਜ਼ ਆ। ਤਾਊ ਹਮ ਤੋ ਤੁਹਾਰੇ ਪੜੋਸ ਮੇ ਹਮਨੇ ਤਾਊ ਟਾਵਰ ਲਗਾਉਣਾ ਹੈ, ਮੋਬਾਈਲੋਂ ਕਾ ਟਾਵਰ। ਫਿਰ ਲਵਾ ਲਾ ਟਾਵਰ, ਮੈਂ ਕਿਉਂ ਲੱਤਾਂ ਡਾਉਣੀ ਹੈ? ਲਵਾ ਲਾ ਟਾਵਰ ਮੈਨੂੰ ਕੀ ਫਿਰ? ਤਾਊ ਐਸੇ ਬਾਤ ਹੈ, ਹਮੇ ਉਸਕੇ ਲੀਏ ਤੁਹਾਰੇ ਯਹਾਂ ਸੇ ਪਾਵਰ ਚਾਹੀਏ ਇਲੈਕਟ੍ਰੋਨਿਕ। ਉਹ ਲੈਟਰਿੰਗ ਮੰਨ ਲਓ, ਪਾਹਾ ਬਥੇਰਾ ਪਿਆ ਉਧਰ ਜਾਇਆ ਤੂੰ ਲੈਟਰਿੰਗ ਤਾਂ ਉਰੇ ਸਾਡੇ ਫਸਲਾਂ ਦੇ ਕੋਠੇ ਦਾ ਕੰਮ ਨੇ, ਉਧਰ ਜਾਏ ਲੈਟਰਿੰਗ ਤੂੰ ਬਥੇਰਾ ਸੌਂ ਪਿਆ ਖੁੱਲਾ ਉੱਥੇ ਜਾਇਆ। ਨਹੀਂ ਤਾਊ, ਹਮਕੋ ਪਾਵਰ ਚਾਹੀਏ ਇਲੈਕਟ੍ਰੋਨਿਕ ਪਾਵਰ, ਜੋ ਰਾਤ ਕੋ ਤੁਮਲ ਹਮ ਲਗਾਤੇ ਹੈ, ਤੁਮੇ ਕਿਆ ਕਹਤੇ ਹੈ ਉਸਕੋ ਤੁਮ, ਜੋ ਰਾਤ ਕੋ ਹਮੇ ਐਸੀ ਲਗਾਤੇ ਹੈ ਘਰੋਂ ਮੇ। ਉਹ ਤੂੰ ਬਿਜਲੀ ਕਹਿ, ਮੇਰਾ ਮੂਰਖਾ ਹੋਰ ਮਰੀ ਜਾਂਦਾ। ਹਾਂ ਤਾਊ, ਮੈਨੂੰ ਬਹੁਤ ਚਾਹੀਏ, ਤੁਮ ਕਿਆ ਕਹਿ ਰਹੇ? ਤੂੰ ਬਿਜਲੀ ਕਹੇਗਾ ਵੀ ਬਿਜਲੀ ਚਾਹੀਦੀ ਹੈ ਮੈਨੂੰ, ਟਾਵਰ ਵਾਸਤੇ ਬਿਜਲੀ ਚਾਹੀਦੀ ਤੈਨੂੰ? ਬਿਜਲੀ ਤਾਂ ਲੈ ਲਈ, ਲਾਈਟ ਤਾਂ ਬਥੇਰੀ ਆਪਣੇ, ਹੁਣ ਵਿਹਲੀ ਆ, ਜੀਰੀਆਂ ਪੁੱਗ ਗਈਆਂ ਸਾਡੀਆਂ। ਤੂੰ ਐਂ ਦੱਸ, ਚਾਹ ਪਾਣੀ ਰੋਟੀ ਟੁੱਕ ਦਾ ਟਾਈਮ ਆ, ਹੁਣ ਬੋਲ, ਮੰਗਾਈਏ ਰੋਟੀ? ਰੋਟੀ ਚਾਹ ਪਾਣੀ ਪੀਣੀ ਤਾਂ ਬਸ ਓਕੇ ਤਾਊ, ਥੈਂਕ ਯੂ ਥੈਂਕ ਯੂ ਥੈਂਕ ਯੂ। ਰੋਟੀ ਦਾ ਟਾਈਮ ਆ, ਸੰਗ ਨਾ ਜਾਈ, ਦੇਖ ਲਾ। ਨਹੀਂ ਤਾਂ ਓਕੇ ਬਸ। ਹਾਂ, ਸਾਡਾ ਅਸੀਂ ਨਹੀਂ ਕਿਸੇ ਨੂੰ ਰੋਟੀ ਖਾਧੇ ਬਿਨਾਂ ਜਾਣ ਦਿੰਦੇ ਹੁੰਦੇ। ਤੂੰ ਐਂ ਦੱਸ ਵੀ ਤੂੰ ਕਿੱਥੋਂ ਆਇਆ, ਤੈਂ ਪਹਿਰਾਵਾ ਕੀ ਕਰਖਿਆ ਉਹਦਾ, ਮੈਨੂੰ ਤੂੰ ਸਹੀ ਸਹੀ ਗੱਲ ਦੱਸ ਵੀ ਤੂੰ ਹੈ ਕੌਣ ਆ, ਕਿੱਥੋਂ ਆਇਆ ਤੂੰ, ਕਿਹੜਾ ਪਿੰਡ ਆ ਤੇਰਾ? ਤਾਊ ਹਮ ਤੋ ਪੰਜਾਬ ਸੇ ਹੈ, ਪੰਜਾਬ ਮੇ ਸੰਗਰੂਰ ਜ਼ਿਲ੍ਹੇ ਮੇ ਹਮਾਰਾ ਗਾਓ ਹੈ, ਉਬਿਆ ਗਾਓ ਹੈ ਹਮਾਰਾ। ਉਬਿਆ ਗਾਓ? ਹਾਂ ਤਾਊ, ਪੰਜਾਬ ਜੋ ਵੀ ਸੰਗਰੂਰ ਜ਼ਿਲ੍ਹੇ ਚ। ਹਾਂਜੀ। ਓ ਮੂਰਖਾ, ਤਾਂ ਇਹ ਸ਼ਕਲ ਕੀ ਕਰਖੇ, ਮੈਨੂੰ ਐਂ ਤਾਂ ਦੱਸਦੇ ਤੂੰ ਇਹ, ਤੂੰ ਪੰਜਾਬੀ, ਪੰਜਾਬ ਦਾ ਰਹਿਣ ਵਾਲਾ, ਸੰਗਰੂਰ ਜ਼ਿਲ੍ਹਾ, ਉਬਿਆ ਪਿੰਡ ਆ ਤੇਰਾ, ਫਿਰਦਾ ਤੂੰ ਆ ਕੀ ਅੰਗਰੇਜ਼ੀ ਪੰਜਾਬੀ ਘਸੋੜੀ ਵਿੱਚ, ਇਹ ਗੱਲ ਕੀ ਆ ਇਹ? ਤਾਊ ਹਮ ਦਿੱਲੀ ਮੇ ਰਹਿਤੇ ਹੈ। ਦਿੱਲੀ ਕਿਹੜੀ ਕਿਹੜੀ ਦਿੱਲੀ ਹੈ, ਕੀ ਹੁੰਦਾ ਦਿੱਲੀ? ਤਾਊ ਦਿੱਲੀ ਵੋ ਹੈ, ਦਿੱਲੀ ਹੈ, ਦਿੱਲੀ ਮੈਂ ਰਹਿਤੇ ਹਾਂ ਯਾਰ। ਤੂੰ ਐਂ ਕਹਿ ਵੀ ਮੈਂ ਦਿੱਲੀ ਚ ਰਹਿਣਾ ਯਾਰ, ਉਰੇ ਮੇਰੇ ਹੋਰੇ ਵਾਰੀ ਇਹਨਾਂ ਕਿਤੇ ਬਤਾਣਾ। ਹਮ ਵਹਾਂ ਮੈਂ ਕੰਪਨੀ ਮੇ ਕੰਮ ਕਰਤੇ ਹੈ, ਪਰ ਹਮਾਰੀ ਬੋਲੀ ਉਸ ਵਹਾਂ ਹਿੰਦੀ ਮੈਂ ਬੋਲਤੇ ਹੈ। ਅੱਛਾ, ਵੀ ਤਾਂ ਹੀ ਹਿੰਦੀ ਬੋਲਦਾ? ਉਹ ਮੂਰਖਾ, ਉਹਨਾਂ ਗਏ ਇਲਾਕੇ, ਤੂੰ ਆਪਦੀ ਜਾਤ ਵਿਗਾੜ ਕੀ ਦੇਖ ਲਾ, ਮੈਨੂੰ ਐਂ ਦੱਸ ਪਹਿਲਾਂ ਤਾਂ। ਤੂੰ ਐਂ ਕਰ, ਪਹਿਲਾਂ ਤਾਂ ਟੋਪੀ ਲਾ ਆਪਦੀ, ਪੰਜਾਬੀ ਬੋਲ ਮੇਰੇ ਨਾਲ ਸਿੱਧਾ ਹੋ ਕੇ, ਅਸੀਂ ਤਾਂ ਪੰਜਾਬੀ, ਜੇ ਹਿੰਦੀ ਬੋਲੇ ਉਹਦਾ ਗਰਦਨ ਕਿਹੜਾ ਨਾ ਵੜਦੀਏ, ਇਹੋ ਜਿਹੇ ਹੁੰਦੇ ਪੰਜਾਬੀ ਅਸੀਂ। ਆ ਟੋਪੀ ਲਾ, ਚੱਕ ਪਰਨਾ ਫੜ ਸਿਰ ਤੇ ਬੰਨ੍ਹ, ਪਰ ਨਾਲੇ ਅੱਜ ਤੋਂ ਮੁੜ ਕੇ ਹਿੰਦੀ ਜੀ ਛੱਡ ਦੇ ਤੂੰ, ਮੈਂ ਤੈਨੂੰ ਸਗਲ ਨਾਲ ਅੰਗਰੇਜ਼ੀ ਸਿੱਧੀ ਹੋ ਗਈ, ਪੰਜਾਬੀ 'ਚ ਗੱਲ ਕਰ ਮੇਰੇ ਨਾਲ। ਸਿੱਖਾਂ ਦਾ ਮੁੰਡਾ ਤੂੰ ਫਿਰਦਾ, ਖੁਰੀਆ ਕੀ ਵਿਗਾੜੀ ਫਿਰਦਾ, ਭਲੇ ਮਾਨ ਸਾਹਿਬ, ਨਾਲੇ ਅੰਗਰੇਜ਼ ਤਾਂ ਸਾਡੇ ਪਹਿਲੇ ਦਿਨੋਂ ਦੁਸ਼ਮਣ ਨੇ, ਤੂੰ ਉਰੇ ਅੰਗਰੇਜ਼ੀ 'ਚ ਗੱਲ ਕਰਦਾ ਮੇਰੇ ਨਾਲ ਆ ਕੇ, ਕਿਤੇ ਹਿੰਦੀ 'ਚ ਕਰ ਲਾਨਾ। ਉਹ ਦੇਖ ਉਹ ਮੱਲ ਹੈ ਕਿੰਨਾ, ਦੇਖ ਲਾ ਚਿਹਰਾ ਤੇਰਾ ਦਗ ਦਗ ਕਰਦਾ, ਉਹੀ ਆ ਹੁਣ ਤੂੰ। ਉਹ ਲਾ ਕੇ ਆ ਖਲਜੀ, ਪਤਾ ਨੀ ਕਾਹਦੀ ਇਹ ਲੈ ਕੇ ਟੋਪੀ ਆ, ਤੂੰ ਬਣ ਗਿਆ ਡੇਲੀ ਵਾਲਾ, ਡੇਲੀ ਵਾਲਾ ਪੰਜਾਬੀ ਜੱਟਾਂ ਦਾ ਮੁੰਡਾ ਤੂੰ, ਕਿਰਦਾ ਕੀ ਆ? ਪੱਗ ਵਾਲਾ ਬੰਦਾ ਤਾਂ ਚਾਹੇ ਹਜ਼ਾਰ ਬੰਦੇ 'ਚ ਖੜਾ ਦੇ ਉਹਨੂੰ, ਫੇਰ ਵੀ ਉਹਦੀ ਦੂਰੋਂ ਵੱਖਰੀ ਪਹਿਚਾਣ ਹੁੰਦੀ ਆ ਵੀ ਹਾਂ ਸਰਦਾਰ ਇਹ। ਠੀਕ ਆ ਤਾਊ, ਹੈਂ ਤੂੰ ਆ ਲੈ ਕੇ ਖਲ ਜੀ, ਪਤਾ ਨੀ ਕੀ ਆ ਇਹ, ਆਹਦਾ ਹੁਲੀਆ ਵਿਗਾੜ ਖਿਆ ਤੈਂ ਪੰਜਾਬੀ ਹੋ ਕੇ ਇੱਕ, ਫਿਰਦਾ ਤੂੰ ਅੰਗਰੇਜ਼ੀ ਪੰਜਾਬੀ ਹਿੰਦੀ ਦਾ ਮੂੰਹ ਮਾਰਦਾ। ਅੱਗੇ ਤੋਂ ਮੈਂ ਗਲਤੀ ਕਰੀ, ਮੈਂ ਤੈਨੂੰ ਦੱਸ ਗੱਲ ਇਹ, ਤੂੰ ਸਿੱਧੀ ਹੋ ਕੇ ਪੰਜਾਬੀ 'ਚ ਗੱਲ ਕਰ ਜਿਹੜੀ ਵੀ ਕਰਨੀ ਹੈ ਕਿਸੇ ਨਾਲ।
ਠੀਕ ਹੈ ਬਾਬਾ ਜੀ, ਤੁਸੀਂ ਤਾਂ ਮੇਰੀਆਂ ਅੱਖਾਂ ਖੋਲਤੀਆਂ ਬਾਬਾ ਜੀ। ਤੈਨੂੰ ਹੁਣ ਬਖਸ਼ਤਾ ਮੈਂ, ਜੇ ਕਿਸੇ ਨੂੰ ਹੋਰ ਪਾ ਗਿਆ ਤੂੰ ਤੇਰਾ ਅਗਲਾ ਗਰਦਨ ਲਾਹਦਾ ਹੁਣ ਨੂੰ। ਠੀਕ ਹੈ ਬਾਬਾ ਜੀ, ਹਾਂ ਇਹ ਗੱਲ ਪੱਲੇ ਬੰਨਲਾ ਮੇਰੀ ਤੂੰ। ਠੀਕ ਹੈ ਬਾਬਾ ਜੀ, ਠੀਕ ਹੈ, ਧੰਨਵਾਦ ਬਾਬਾ ਜੀ, ਆਪਕਾ ਬਹੁਤ ਬਹੁਤ ਸ਼ੁਕਰੀਆ। ਠੀਕ ਹੈ, ਓਕੇ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਬਾ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਬਾਈ ਜੀ ਸਾਡੀ ਖਾਸ ਕਰਕੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਪੰਜਾਬੀ ਹੋ ਕੇ ਤੁਸੀਂ ਕਿਹਦੇ ਵਾਸਤੇ ਹਿੰਦੀ ਨਾ ਬੋਲੋ, ਨਾ ਬੋਲੋ ਅੰਗਰੇਜ਼ੀ। ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਾਂਭ ਕੇ ਰੱਖੋ। ਅਸੀਂ ਪੰਜਾਬੀ ਹੋ ਕੇ ਵੀ ਅੰਗਰੇਜ਼ੀ ਅਤੇ ਹਿੰਦੀ ਦਾ ਮੂੰਹ ਮਰੀ ਜਾਂਦੇ ਹਾਂ। ਜੇ ਆਪਣੀ ਪੰਜਾਬੀ ਆਪਣੇ ਹੱਥੋਂ ਖੁੰਝ ਗਈ ਸਮਝ ਲਓ, ਆਪਾਂ ਵੀ ਵਾਗੇ ਬਸ। ਬਾਈ ਜੀ ਵੀਡੀਓ ਵਧੀਆ ਲੱਗੀ ਆਪਣੀ, ਬਾਈ ਇਹਨੂੰ ਸ਼ੇਅਰ ਕਰ ਦਿਓ ਔਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਜੀ ਬਾਈ, ਵੱਧ ਤੋਂ ਵੱਧ ਬਾਈ। ਧੰਨਵਾਦ, ਧੰਨਵਾਦ।